ਪੈਨ ਪਰਾਠੀ ਕੋਣਗੇ ਵੈਲਕਮ ਕਰਦੀ ਹਾਂ ਤੁਹਾਡੇ ਆਪਣੇ ਚੈਨਲ ਇਕਰਾ ਵਿਦ ਮੇਰੀ ਸਲਾਈਡ ਦੇ ਵਿੱਚ। ਠੀਕ ਹੈ, ਅੱਜ ਮੈਂ ਤੁਹਾਨੂੰ ਦਿਖਾਉਣ ਲੱਗੀ ਸੀ ਆਪਣੇ ਘਰ ਦੇ ਵਿੱਚ ਲੱਗੇ ਹੋਏ ਪੌਦਾ, ਜਿਹੜਾ ਪੌਦੇ ਦੇ ਵਿੱਚ ਲੱਗੇ ਹੋਏ ਨੇ ਛੋਟੇ ਛੋਟੇ ਨਿੰਬੂ, ਤੇ ਨਿੰਬੂ ਇਹ ਵੱਡੇ ਵੀ ਹੁੰਦੇ ਨੇ। ਤੇ ਕਿਹੜੇ ਨਿੰਬੂ ਨੇ ਭਲਾ ਤੁਸੀਂ ਦੱਸੋ? ਹਾਏ ਮੈਂ ਦੱਸਾਂ, ਅਭੀ ਮਜ਼ਾ ਆਏਗਾ ਨਾ ਭਿੜੂ, ਇਹ ਸੀ ਚਾਈਨੀਜ਼ ਨਿੰਬੂ। ਚਾਈਨੀਜ਼ ਨਿੰਬੂ ਇਹ ਦੇਖੋ, ਮੈਂ ਤੁਹਾਨੂੰ ਦਿਖਾ ਰਹੀ ਹਾਂ, ਦੇਖੋ ਮਾਸ਼ਾਅੱਲਾ। ਦਿਖਾਓ, ਕੰਡੇ ਲਵਾਓ, ਵਾਹ। ਠੀਕ ਆ, ਅੱਛਾ ਜਿਹੜਾ ਪੱਕ ਗਿਆ ਨਾ ਉਹ ਨੀਚੇ ਗਿਰ ਗਿਆ, ਹੁਣ ਮੈਂ ਤੁਹਾਨੂੰ ਨੀਚੇ ਡਿੱਗਿਆ ਹੋਇਆ ਵੀ ਦਿਖਾ। ਇਹਦੇ ਜਿਹੜੇ ਕੰਡੇ ਨੇ ਨਾ ਪੁੱਤ ਬਹੁਤ ਜ਼ੋਰ ਦੀ ਲੱਗਦੇ ਆ। ਆਏ ਬੰਦ ਕਿਉਂ ਕਰਾਂ, ਲੋਕੀ ਵੇਖਣ ਤੈਨੂੰ। ਆਏ ਓ ਭਾਈ, ਮਾਰੋ ਮੁਝੇ, ਮਾਰੋ ਮਾਰੋ ਮੁਝੇ, ਮਾਰੋ ਮਾਰੋ, ਨਹੀਂ ਇਹ ਮਜ਼ਾਕ ਹੋ ਰਿਹਾ, ਇੱਕ ਸੈਕਿੰਡ ਯਾਰ। ਵੇਖੋ ਵੇਖੋ, ਨਹੀਂ ਬੰਦ ਨਹੀਂ ਮੈਂ ਕੀਤਾ, ਨਾ 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 ਨਾ, ਚੈੱਕ ਚੁੱਕੋ ਨਾ, ਚੁੱਕੋ, ਚੁੱਕਿਆ ਨਹੀਂ ਜਾ ਰਿਹਾ, ਚੁੱਕ ਲਓ, ਨਹੀਂ ਇਸ ਤਰ੍ਹਾਂ ਗੁੱਸੇ ਨਾ ਕੀਏ। ਅੱਛਾ ਮੈਨੂੰ, ਅੱਛਾ ਤੁਹਾਨੂੰ ਮੈਂ ਇੱਥੋਂ ਦਿਖਾ ਦਿੰਦਾ ਵੈਸੇ ਉਹ, ਅਤੇ ਫਿਰ ਤੁਹਾਨੂੰ ਮੈਂ ਦੱਸਦਾ, ਇੱਕ ਮਿੰਟ ਰੁਕ ਜਾਂਦੀ ਤਾਂ ਇਹਨੇ ਨਾ ਇੰਜ ਇਹ ਵੇਖ ਬੈਠੀ ਕਿਵੇਂ ਸਜਦੇ ਦੇ ਵਿੱਚ, ਤੌਬਾ ਤੌਬਾ। ਰੁਕੋ ਜਰਾ, ਸਬਰ ਕਰੋ, ਬੋਲਾ ਧੱਕਾ ਮੁੱਕੀ ਨਹੀਂ ਕਰਨੇ ਕਾ, ਆਰਾਮ ਸੇ ਲੈਨੇ ਕਾ। ਹਾਂ ਲਓ ਜੀ, ਮੈਂ ਕੱਢਿਆ ਨਿੰਬੂ, ਓਏ ਹੋਏ, ਇਹ ਪੱਕ ਗਿਆ ਸੀ ਨਾ ਦੇਖੋ, ਇਹਦਾ ਕਲਰ ਪੀਲੇ ਰੰਗ ਦਾ ਹੋ ਗਿਆ ਸੀ। ਕੀ ਬਾਤ ਹੈ, ਰਮਜ਼ਾਨ ਵੈਸੇ ਹੀ ਆ ਰਿਹਾ ਵਾ, ਤੇ ਮੈਂ ਸੋਚ ਰਹੀ ਹਾਂ ਰਮਜ਼ਾਨ ਦੇ ਵਿੱਚ ਇੱਕ ਨਿੰਬੂ ਚਾਟ ਦੇ ਉੱਤੇ। ਹਾਏ ਸਕੰਜਵੀ, ਡਕਾਰ ਪਹਿਲੇ ਆ ਗਿਆ, ਜੇ ਅਗਰ ਕੋਈ ਆ ਨਾ ਗਿਆ, ਅਗਰ ਕੋਈ ਆ ਗਿਆ ਤੇ ਸਾਡਾ ਇੱਥੋਂ ਤੋੜਨਾ ਵੀ ਨਾਮੁਮਕਿਨ ਹੋ ਜਾਏਗਾ। ਹਾਂਜੀ ਜੀ, ਵੈਸੇ ਤਾਂ ਤੁਹਾਨੂੰ ਪਤਾ ਵਾ ਪਾਕਿਸਤਾਨ ਦੇ ਵਿੱਚ, ਮੁਲਤਾਨ ਦੇ ਵਿੱਚ ਹਨੇਰੀਆਂ ਤਾਂ ਵੈਸੇ ਹੀ ਬਹੁਤ ਆਮ ਹੁੰਦੀਆਂ ਵਾ, ਇੱਥੇ ਇੰਨੀ ਜ਼ਿਆਦਾ ਹਨੇਰੀ ਹੈ ਕਿ ਦੇਖੋ, ਸੁਬਾਹ ਝਾੜੂ ਦਿੱਤਾ ਅਤੇ ਪੌਦੇ ਦੇ ਜਿਹੜੇ ਨੇ ਛੰਨ ਬੰਨ ਥੱਲੇ ਹੋ ਕੇ ਪੱਤੇ ਸਾਰੇ ਡਿੱਗੇ ਨੇ, ਅਤੇ ਰਾਤੀ ਸਾਡਾ ਟੁੱਟ ਗਿਆ ਦਰਖਤ, ਸ਼ੁਕਰ ਆ ਥੱਲੇ ਕਿਸੇ ਦੀ ਨਹੀਂ ਸੀ ਮੰਜੀ, ਤਾਂ ਕੋਈ ਜਾਨੀ ਨੁਕਸਾਨ ਨਹੀਂ ਹੋ ਗਿਆ, ਬਚ ਗਏ ਹਾਂ। ਬਸ ਉਸ ਮੈਂ ਤਾਂ ਵੈਸੇ ਵੀ ਹਨੇਰੀਆਂ ਦੀ ਅੰਦਰ ਵੜ ਜਾਂਦੀ ਹਾਂ, ਅੰਦਰ ਹੀ ਜ਼ਿਆਦਾ ਬਿਹਤਰ ਹੁੰਦਾ ਬਜਾਏ ਆਸੇ ਪਾਸੇ ਸੱਟਾਂ ਖਾਣ ਦੇ। ਹਾਂਜੀ ਬਿਲਕੁਲ, ਇਹ ਦੇਖ ਰਹੇ ਹੋ ਮਾਸ਼ਾਅੱਲਾ ਚਾਰੋ ਪਾਸੇ ਦੇ ਨਿੰਬੂ ਹੀ ਨਿੰਬੂ ਲੱਗੇ ਹੋਏ ਨੇ, ਮਾਸ਼ਾਅੱਲਾ ਬਹੁਤ ਜ਼ਿਆਦਾ ਫਲ ਇੱਥੇ ਲੱਗ ਗਿਆ ਵਾ। ਦਰਖਤ ਦੇਖੋ ਕਿੰਨਾ ਛੋਟਾ ਵਾ, ਲੇਕਿਨ ਅੱਲਾਹ ਤਾਲਾ ਦੀ ਰਹਿਮਤ, ਇੱਥੇ ਦੇਖੋ ਕਿੰਨੀ ਜ਼ਿਆਦਾ ਹੋ ਗਿਆ ਨਿੰਬੂ, ਵਾਹ ਜੀ ਵਾਹ। ਬਹਾਰ ਦਾ ਜਾ ਰਿਹਾ ਤੇ ਬਹਾਰ ਦੇ ਵਿੱਚ ਹਰ ਪੌਦਾ ਦੇਖੋ ਮਾਸ਼ਾਅੱਲਾ ਕਿੰਨਾ ਹਰਿਆਲਾ ਤੇ ਕਿੰਨਾ ਜ਼ਬਰਦਸਤ ਹਰਿਆਲਾ, ਝੂਠ। ਨਿੰਬੂ ਬਾਗ, ਚਲੋ ਕੈਸਾ ਲਗਾ ਮੇਰਾ ਮਜ਼ਾਕ? ਅਸਲਾਮ ਅਲੈਕੁਮ, ਲਓ ਜੀ ਬਸ ਕਰ ਦੇ, ਲੋਕਾਂ ਦੇ ਕਹਾ ਨਾ ਪਾਟੋ ਭਾਈ, ਬਸ ਕਰ। ਇਹ ਬਰਸੀਨ ਲੱਗੀ ਜੀ ਪੂਰੀ ਜਗ੍ਹਾ ਤੇ, ਕਿੰਨੀ ਆਸਾਨੀ ਨਾਲ ਪੱਟੀ ਗਈ ਹੈ, ਬਹੁਤ 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 ਆਸਾਨੀ ਨਾਲ, ਹਰ ਕੰਮ ਬਹੁਤ ਆਸਾਨੀ ਨਾਲ ਕਰ ਲੈਂਦੀ ਹੈ। ਵਾਓ ਵਾਓ, ਉਹ ਲੈ ਬਸ, ਐ ਲੋ ਲੋ, ਆ ਕੰਮ ਕਰਦੀ ਹੈ ਬਸ। ਆਓ ਜੀ ਬਾਹਰ, ਮਾਰੋ ਹਮਕੋ, ਮਾਰੋ ਹਮਕੋ, ਜਿੰਦਾ ਮਤ ਛੋੜੋ ਸਾਲੋ, ਹਮਕੋ ਮੰਦਿਰ ਕਾ ਘੰਟਾ ਹੈ ਕਿ ਕੋਈ ਵੀ ਆ ਕੇ ਬਜਾ ਜਾਤਾ ਹੈ। ਲੋ ਜੀ ਉਹ ਖੋਤਾ ਬੜੀ ਤੇਜ਼ ਤੇਜ਼ ਚਲੀ ਗਈ, ਆ ਵੇਖੋ ਬੰਨਾ ਵੇਖੋ, ਵਾਹ 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 ਵਾਹ। ਲੋ ਜੀ ਟਮਾਟਰ ਨਾਲ ਹੀ ਪਿਆਜ਼ ਲੱਗੇ ਹੋਏ ਨੇ, ਔਰ ਗੋਭੀ ਵੀ ਤਿਆਰ ਹੋ ਰਹੀ ਨਾਲ, ਉਹ ਭਾਈ ਲੱਗੀ ਹੋਈ ਹੈ ਵੇ, ਆਹ ਦੇਖੋ ਇਹ ਕਿੰਨਾ ਪਿਆਰਾ ਫੁੱਲ ਹੈ, ਅੱਲਾਹ ਤਾਲਾ ਦੀ ਕੁਦਰਤ ਵੇ, ਆਪਾਂ ਤੋੜ ਲੈ ਜਾਂਦੇ ਨਾ, ਜਰਾ ਹੋਰ ਵੱਡੇ ਹੁੰਦੇ ਫਿਰ ਤੋੜਾਂਗੇ, ਮਜ਼ੇ ਦੇ ਬਣਦੇ ਨੇ ਜਿਹੜੇ ਨਿੱਕੇ ਹੁੰਦੇ, ਇਹ ਵੇਖੋ ਵੱਡਾ। ਕੀ ਬਾਤ ਹੈ ਜੀ, ਇਹ ਟਮਾਟਰ ਵੀ ਲੱਗੇ ਨੇ, ਅੱਛਾ ਚਲ ਇੱਧਰ ਆਨਾ ਦਿਖਾਉਂਦੇ ਹਾਂ। ਅੱਛਾ ਟਮਾਟਰ ਵੀ ਜਿਹੜੇ ਨੇ, ਟਮਾਟਰ ਜਿਹੜੇ ਲੱਗੇ ਨੇ ਉਹ ਵੀ ਬੜੇ ਅੱਛੇ ਲੱਗੇ ਹੋਏ ਨੇ, ਆ ਵੇਖੋ। ਅੱਛਾ ਵੇਚ ਚਲੀ ਜਾਂਦੇ ਨੇ, ਆ ਦੇਖੋ ਯਾਰ ਉਹਦਾ ਖਰਾਬ ਨਾ ਹੋ ਜਾਏ ਉਸ ਪਾਸੇ ਖੈਲੀ ਨਾ। ਹਾਂ ਇਹ ਦੇਖੋ ਟਮਾਟਰ, ਵਲੀ ਜੀ ਲਬਾਂਦੀ ਏ,
जो वली जी बन के इनू अगर इन मतलब एक कोई दीवार है ना, दीवार तो अगर इन्हें छोड़ दो तो यह वध ही जाएगी। और प्याज भी तुम खाइए, प्याज तैयार हो जाए। प्याज ये भूकों भी कम आदि ने जी, तो प्याज भी कम आता है। ओ देखो प्याज, यह सारा प्याज ही है। ये थोड़ी मिकदार लाया क्योंकि प्याज की जिमें कीमत वही है तो घटती है, तो ना ही प्याज बिल्कुल जीरो हो जाता है। आ वेखो इन्होंने पूरी कीड़ा लग रहा ना, मगर पट नहीं रहे। अगे भी बहुत ज्यादा तादाद लाया हुआ, वेखो बहुत ज्यादा तादाद ने। वेखो मैं जूम कर, नहीं किला एक एकड़ है वे, अगला एकड़ भी है वे, दो एकड़ बनता है, दो एकड़ है किता। तो आ जड़ा इन्होंने बीजा है, आ वेख लो जी, ए हुण घाह बीज दिता इन्होंने बिच, जिन्हों कहिंदे ने जवार टाइप जिवें हुंदा ना एक घाह, ए ओ वे उधर गंदम आ, हां उधर गंदम सारे देख, ए सारी गंदम बीजी हुई है इत्थे, सारी है गंदम ही गंदम। ओ बाग है साडा, कट्ठा करके 10 किलो के 15 किलो मेनू हजे सवार की याद नहीं है, वह कट्ठा करके उन्होंने पाते ने, पा के उन्होंने बनते ने, उन्होंने पलियां बन के इतों काफी ज्यादा तादाद इतों मंडी के सब्ज़ मंडी के जाके सेल होंगे ने, 10 किलो 5 किलो 4 किलो खजाना पिछले होनी शुरू हो गई वा। तो अगर तुम्हें मेरी आइडिया वीडियो चंगी लगी तो प्लीज़ मेरे चैनल लाइक सब्सक्राइब शुरू करना। नमस्ते।